ਚੰਗੀ ਸ਼ੁਰੂਆਤ ਹੋਈ ਹੈ ਜਸਟਿਸ ਦੇ ਮਾਮਲੇ ਦੇ ਵਿੱਚ, ਔਰ ਉਹਨਾਂ ਨੇ ਖਾਸ ਕਰਕੇ ਆਪਣੀ ਪਹਿਲੀ ਸਪੀਚ ਦੇ ਵਿੱਚ ਬੜੀ ਵਿਸਥਾਰ ਪੂਰਵਕ ਔਰ ਵਧੀਆ ਤਰੀਕੇ ਨਾਲ ਸੰਸਦ ਦੇ ਰਿਕਾਰਡ ਦੇ ਉੱਤੇ ਗੱਲ ਨੂੰ ਲਿਆਉਂਦਾ। ਰਾਜੀਵੀਰ ਨੇ ਇਹ ਗੱਲ ਕਹੀ ਵੀ ਲਾਅ ਐਨਫੋਰਸਮੈਂਟ ਨੂੰ ਵੀ ਜੇਲ੍ਹ ਦੇ ਵਿੱਚ, ਇੱਕ ਪਾਸੇ ਤੁਸੀਂ ਗੱਲ ਕਰਦੇ ਹੋ ਨਵੇਂ ਕਾਨੂੰਨਾਂ ਦੀ ਜਿਹੜੇ ਨਾਗਰਿਕਾਂ ਦੇ ਹੱਕ ਦੇ ਵਿੱਚ ਭੁਗਤਣਗੇ, ਦੂਜੇ ਪਾਸੇ ਸਾਡੇ ਮਨਾਂ ਦੇ ਵਿੱਚ ਇਹ ਖਦਸ਼ਾ ਬਣਿਆ ਹੋਇਆ ਵੀ ਕਿਤੇ ਇਹ ਕਾਨੂੰਨ ਵੀ ਪਹਿਲਾਂ ਦੀ ਤਰ੍ਹਾਂ ਗੈਂਗਸਟਰਾਂ ਦੇ ਹੱਕ 'ਚ ਨਾ ਭੁਗਤੇ ਜਾਣ। ਰਾਜਾ ਵੜਿੰਗ ਵੱਲੋਂ ਜੀ ਲੋਕ ਸਭਾ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਇਨਸਾਫ਼ ਨੂੰ ਲੈ ਕੇ ਆਵਾਜ਼ ਚੁੱਕੀ ਹੋਈ ਹੈ, ਕੀ ਕਹੋਗੇ? ਬਿਲਕੁਲ, ਮੈਂ ਕੱਲ੍ਹ ਸੋਸ਼ਲ ਮੀਡੀਆ 'ਤੇ ਵੇਖਿਆ ਤਾਂ ਇੱਕ ਚੰਗੀ ਸ਼ੁਰੂਆਤ ਹੋਈ ਹੈ ਜਸਟਿਸ ਦੇ ਮਾਮਲੇ ਦੇ ਵਿੱਚ, ਔਰ ਉਹਨਾਂ ਨੇ ਖਾਸ ਕਰਕੇ ਆਪਣੀ ਪਹਿਲੀ ਸਪੀਚ ਦੇ ਵਿੱਚ ਬੜੀ ਵਿਸਥਾਰ ਪੂਰਵਕ ਔਰ ਵਧੀਆ ਤਰੀਕੇ ਨਾਲ ਸੰਸਦ ਦੇ ਰਿਕਾਰਡ ਦੇ ਉੱਤੇ ਗੱਲ ਨੂੰ ਲਿਆਉਂਦਾ, ਤਾਂ ਮੈਂ ਇਸ ਗੱਲ ਦਾ ਬਹੁਤ ਸਵਾਗਤ ਕਰਦਾ ਆਪਣੇ ਵੱਲੋਂ ਵੀ ਚਲੋ ਦੇਰ ਸਹੀ ਗੱਲ ਸ਼ੁਰੂ ਤਾਂ ਹੋਈ। ਜਿਵੇਂ ਅਜੇ ਵੀ ਜਿਹੜੇ ਲਾਰੈਂਸ ਬਿਸ਼ਨੋਈ ਵਰਗੇ ਜੇਲ੍ਹਾਂ ਦੇ ਵਿੱਚੋਂ ਲਗਾਤਾਰ ਲਾਈਵ ਹੋ ਰਹੇ ਨੇ, ਵੀਡੀਓ ਆ ਰਹੀਆਂ ਨੇ, ਉਹਨਾਂ ਨੇ ਉਸ ਬਾਰੇ ਕੀ ਕਹੋਗੇ? ਇਹ ਨਹੀਂ ਗੱਲ, ਇਕੱਲੀ ਇਕੱਲੀ ਗੱਲ, ਜਦੋਂ ਰਾਜੀਵੀਰ ਨੇ ਇਹ ਗੱਲ ਕਹੀ ਵੀ ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿੱਚ, ਇੱਕ ਪਾਸੇ ਤੁਸੀਂ ਗੱਲ ਕਰਦੇ ਹੋ ਨਵੇਂ ਕਾਨੂੰਨਾਂ ਦੀ ਜਿਹੜੇ ਨਾਗਰਿਕਾਂ ਦੇ ਹੱਕ ਦੇ ਵਿੱਚ ਭੁਗਤਣਗੇ, ਦੂਜੇ ਪਾਸੇ ਸਾਡੇ ਮਨਾਂ ਦੇ ਵਿੱਚ ਇਹ ਖਦਸ਼ਾ ਬਣਿਆ ਹੋਇਆ ਵੀ ਕਿਤੇ ਇਹ ਕਾਨੂੰਨ ਵੀ ਪਹਿਲਾਂ ਦੀ ਤਰ੍ਹਾਂ ਗੈਂਗਸਟਰਾਂ ਦੇ ਹੱਕ 'ਚ ਨਾ ਭੁਗਤੇ ਜਾਣ, ਕਿਉਂਕਿ ਕਾਨੂੰਨ ਬਣਿਆ ਤਾਂ ਨਾਗਰਿਕਾਂ ਦੇ ਹੱਕ ਲਈ ਹੈ, ਪਰੰਤੂ ਗੈਂਗਸਟਰ ਉਹਦੀ ਕਾਨੂੰਨ ਦੀ ਵਰਤੋਂ ਬਖੂਬੀ ਕਰ ਜਾਂਦੇ। ਜਿਸ ਤਰ੍ਹਾਂ ਤੁਸੀਂ ਮਨੁੱਖੀ ਅਧਿਕਾਰਾਂ ਦੇ ਉੱਤੇ ਲਾ ਲਓ, ਮਨੁੱਖੀ ਅਧਿਕਾਰ ਜੋ ਨਾਗਰਿਕਾਂ ਦੇ ਆ ਉਹ ਤਾਂ ਜਿਸ ਮਰਜ਼ੀ 'ਚ ਰਸਤੇ ਦੇ ਵਿੱਚ ਦਿਨ ਦਿਹਾੜੇ ਜਿਹੜੇ ਆ ਕਤਲ ਕਰ ਦਿੱਤਾ ਜਾਂਦਾ। ਤੁਸੀਂ ਵੇਖਿਆ ਉਹਨਾਂ ਪਿਛਲੇ ਦਿਨ ਮੋਹਾਲੀ ਇੱਕ ਲੜਕੀ ਨੂੰ ਸ਼ਰੇਆਮ ਬਾਜ਼ਾਰ ਦੇ ਵਿੱਚ ਤਲਵਾਰ ਦੇ ਨਾਲ ਕੱਟ ਕੱਟ ਕੇ ਮਾਰ ਦਿੱਤਾ ਜਾਂਦਾ, ਔਰ ਕਿਤੇ ਗੱਲ ਚੱਲੀ ਬੱਚੀ ਦੀ ਉਹਦੀ ਕਿਤੇ ਮਤਲਬ ਹੀ ਨਹੀਂ। 302 ਦਾ ਪਰਚਾ ਦਰਜ ਹੋ ਗਿਆ, ਨਿਬੜ ਗਿਆ ਗੱਲ ਸਾਰੀ ਗੱਲ। ਪਰੰਤੂ ਕ੍ਰਾਈਮ ਇੰਨਾ ਸਿਰ ਚੜ੍ਹ ਕੇ ਬੋਲ ਰਿਹਾ ਅੱਜ ਕੱਲ੍ਹ, ਔਰ ਜਿਹੜੀ ਸਾਡੀ ਕਾਨੂੰਨ ਵਿਵਸਥਾ ਬਣਦੀ ਨਜ਼ਰ ਆ ਰਹੀ ਹੈ ਕ੍ਰਾਈਮ ਦੇ ਮੁਕਾਬਲੇ। ਨਵੇਂ ਕਾਨੂੰਨ ਬਣੇ ਨੇ, ਸਰਕਾਰ ਕਹੀ ਹੈ ਰਹੀ ਹੈ ਕਾਨੂੰਨ ਨੇ ਜਿਹੜੇ ਬਹੁਤ ਸਖਤ ਨੇ, ਪਰ ਫਿਰ ਵੀ ਵਿਦੇਸ਼ਾਂ ਦੇ ਵਿੱਚੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ, ਤੁਹਾਡੇ ਕੋਲ ਵੀ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਦੱਸਦੇ? ਬਿਲਕੁਲ, ਕਾਨੂੰਨ ਇੰਨੇ ਨਰਮ ਤਾਂ ਜ਼ਿਆਦਾ ਪਹਿਲਾਂ ਵੀ ਨਹੀਂ ਸੀ, ਕਾਨੂੰਨ ਤਾਂ ਪਹਿਲਾਂ ਵੀ ਸਖਤ ਸੀਗੇ। ਰੌਲਾ ਇਸ ਗੱਲ ਦਾ ਵੀ ਜੋ ਸਾਡੀ ਕਾਰਜਪਾਲਿਕਾ ਜਿਹਨੇ ਕਾਨੂੰਨ ਲਾਗੂ ਕਰਨੇ ਨੇ, ਸਾਡੀਆਂ ਸਰਕਾਰਾਂ ਨੇ, ਉਹ ਉਹਨਾਂ ਦੀ ਮਨਸ਼ਾ ਕੀ ਹੈ? ਜੇ ਤਾਂ ਸਖਤ ਹੈ ਪੂਰੀ, ਫਿਰ ਤਾਂ ਕਾਨੂੰਨ ਵਧੀਆ ਲਾਗੂ ਹੋਣਗੇ ਅਤੇ ਉਹਦੇ ਨਾਲ ਆਮ ਲੋਕਾਂ ਦਾ ਭਲਾ ਹੀ ਹੋਣਾ। ਜੇ ਕਾਨੂੰਨਾਂ ਦੀ ਵਰਤੋਂ ਡਰਾਉਣ ਵਾਸਤੇ, ਖੌਫ ਪੈਦਾ ਕਰਨ ਵਾਸਤੇ ਕਰਨੀ ਹੈ ਇਕੱਲੀ, ਤਾਂ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਮੇਰੇ ਪੁੱਤ ਦੇ ਕੇਸ ਦੇ ਵਿੱਚ ਪੁਲਿਸ ਨੂੰ ਕਾਰਵਾਈ ਕਰਨ ਤੋਂ ਕਿਉਂ ਰੋਕਿਆ ਜਾ ਰਿਹਾ? ਜਿਹੜੇ ਅਸੀਂ ਨਾਮ ਦੇ ਰਹੇ ਹਾਂ ਉਹਨਾਂ ਨਾਵਾਂ 'ਤੇ ਗੌਰ ਨਹੀਂ ਕੀਤੀ ਜਾ ਰਹੀ? ਜੇ ਲਾਰੈਂਸ ਦੀ ਵੀਡੀਓ ਚੱਲਦੀ ਹੈ ਜੇਲ੍ਹ ਦੇ ਵਿੱਚੋਂ, ਔਰ ਉਹ 12 ਮਿਲੀਅਨ ਕ੍ਰੋਸ ਕਰ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ, ਪਰੰਤੂ ਅਦਾਲਤ ਵਿੱਚ ਰਿਕਾਰਡ 'ਚ ਰੱਖਣ ਦੇ ਵਿੱਚ ਕੀ ਪ੍ਰੋਬਲਮ ਹੈ? ਜਿਹਦੇ ਉੱਤੇ ਸ਼ਰੇਆਮ ਬੰਦਾ ਅਨਾਊਂਸ ਕਰ ਰਿਹਾ ਹੈ ਵੀ ਮੂਸੇਵਾਲੇ ਨੂੰ ਮੈਂ ਮਾਰ ਦਿੱਤਾ, ਸਲਮਾਨ ਖਾਨ ਨੂੰ ਮੈਂ ਮਾਰਨਾ, ਤਾਂ ਅਪਰਾਧੀ ਇੰਨੇ ਬੇਖੌਫ ਹੋ ਕੇ ਇੰਟਰਵਿਊ ਜੇਲ੍ਹ ਦੇ ਵਿੱਚੋਂ ਕਸਟਡੀ ਦੇ ਦੌਰਾਨ ਕਰ ਰਹੇ ਨੇ, ਤਾਂ ਮੈਂ ਨਵੇਂ ਕਾਨੂੰਨਾਂ ਬਾਰੇ, ਸਰਕਾਰ ਦੀ ਮੰਸ਼ਾ ਬਾਰੇ ਕਿਵੇਂ ਭਰੋਸਾ ਪ੍ਰਗਟ ਕਰਨਾ? ਹਾਂ, ਚੰਗਾ ਹੁੰਦਾ ਤਾਂ ਜ਼ਰੂਰ ਸਵਾਗਤ ਕਰਾਂਗੇ, ਜੇ ਕੋਈ ਚੰਗੀ ਗੱਲ ਸਾਹਮਣੇ ਆਉਂਦੀ ਹੈ, ਤਾਂ ਇਹ ਨਹੀਂ ਹੈਗਾ ਵੀ ਅਸੀਂ ਸਰਕਾਰ ਨੂੰ ਨਿੰਦੀ ਜਾਣਾ। ਜੇ ਚੰਗਾ ਕੰਮ ਕਰਨਗੇ ਤਾਂ ਬਿਲਕੁਲ ਸਹਿਤ ਸ਼ਲਾਘਾ ਕਰਾਂਗੇ ਉਸ ਗੱਲ। ਹੁਣ ਜੋ ਕੁਛ ਗੈਂਗਸਟਰ ਫੜੇ ਗਏ ਸੀ ਉਹਨਾਂ ਨੇ ਬੜਾ ਉੱਚੀ, ਜਿਸ ਤਰ੍ਹਾਂ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ, ਉਹਨਾਂ ਦੀ ਜਿਹੜੀ ਰੈਕੀ ਕੀਤੀ ਜਾ ਰਹੀ ਸੀ, ਵੀ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਸੀ,
ਉਸ ਤਰ੍ਹਾਂ ਸਲਮਾਨ ਖਾਨ ਨੂੰ ਵੀ ਕਤਲ ਕਰਨ ਦੀ ਲਾਰੈਂਸ ਦੀ ਪਲੈਨਿੰਗ ਹੈ। ਦੇਖੋ ਇਹ ਤਾਂ ਕੋਈ ਤੁਹਾਡੇ ਜਾਂ ਮੇਰੇ ਗੱਲ ਕਰਨ ਦੀ ਨਹੀਂ ਹੈ, ਉਹ ਤਾਂ ਉਹਨੇ ਸ਼ਰੇਆਮ ਚੈਨਲ 'ਤੇ ਬੈਠ ਕੇ ਅਨਾਊਂਸ ਕਰਤੀ ਹੈ ਸਾਰੀ ਇਹ ਗੱਲ। ਔਰ ਉਸ ਤੋਂ ਬਾਅਦ ਜਿਹੜੀ ਆ ਹੁਣ ਪਿੱਛੇ ਜੇ ਉਹਦੀ ਵੀਡੀਓ ਕਾਲ ਜੋ ਪਾਕਿਸਤਾਨ ਦੇ ਕਿਸੇ ਵਿਅਕਤੀ ਨਾਲ ਹੋਈ ਹੈ, ਹੈ ਨਾ, ਆਪਾਂ ਨਹੀਂ ਜਾਣਦੇ ਉਹ ਬੰਦਾ ਕੌਣ ਹੈ, ਚੰਗਾ ਜਾਂ ਮਾੜਾ ਹੈ, ਪਰੰਤੂ ਉਹਦੇ 'ਚ ਵੀ ਸਲਮਾਨ ਖਾਨ ਬਾਰੇ ਕਾਫੀ ਕੁਛ ਚੱਲ ਰਿਹਾ ਹੈ। ਤਾਂ ਪਤਾ ਨਹੀਂ ਸਰਕਾਰ ਕਿਉਂ ਹੱਥ ਖੜੇ ਕਰੀ ਕਰੀ ਰਹੀ ਹੈ, ਜਦੋਂ ਕੋਈ ਗੁਜਰਾਤ ਦੇ ਵਿੱਚ ਤਾਂ ਉਹਦੇ 'ਤੇ ਕੋਈ ਕੇਸ ਹੀ ਨਹੀਂ ਹੈ। ਗੁਜਰਾਤ ਲੈ ਕੇ ਜਾਣ ਦਾ ਕੀ ਮਤਲਬ? 268 ਲਾਉਣ ਦਾ ਸਰਕਾਰ ਦੱਸ ਸਕਦੀ ਹੈ ਵੀ ਕਾਹਤੋਂ ਲਾਈ ਹੈ, ਕਿਹੜੀ ਡਾਊਟ ਸੀ ਉਹ ਜੀ ਜਿਹੜਾ ਉਹਨੂੰ ਗੁਜਰਾਤ ਲਿਆ ਕੇ ਉਹ ਕਿਸੇ ਅਦਾਲਤ ਦੇ ਵਿੱਚ ਪੇਸ਼ ਵੀ ਨਹੀਂ ਹੁੰਦਾ, ਅਤੇ ਸਰਕਾਰ ਗੱਲ ਕਰਦੀ ਹੈ ਨਾਗਰਿਕ ਸੁਰੱਖਿਆ ਦੀ। ਇਹ ਨਾਗਰਿਕ ਸੁਰੱਖਿਆ ਵੀ ਉੱਥੇ ਬੈਠਾ ਹੋਇਆ ਬੰਦਾ ਲੋਕਾਂ ਦੀ ਮੌਤ ਦੇ ਵਾਰੰਟ ਜਾਰੀ ਕਰੇ, 100 ਤੋਂ ਵੱਧ ਤਾਂ ਮੁਕੱਦਮਾ ਦਰਜ ਹੋਵੇ ਔਰ ਕਿਸੇ ਅਦਾਲਤ ਦੇ ਵਿੱਚ ਉਹ ਪੇਸ਼ ਨਾ ਹੋਵੇ, ਕਿਹੜੇ ਕਾਨੂੰਨਾਂ ਦੀ ਗੱਲ ਕਰਦੀ ਹੈ ਸਰਕਾਰ? ਸਮਝ ਤੋਂ ਪਰੇ ਹੈ। ਕਾਂਗਰਸ ਵੱਲੋਂ ਕੱਲ੍ਹ ਬਹੁਤ ਵੱਡੇ ਪੱਧਰ 'ਤੇ ਗੱਲ ਚੱਕੀ ਗਈ ਹੈ ਸਿੱਧੂ ਦੀ ਇਨਸਾਫ ਦੀ, ਕਿੰਨੀ ਕੁ ਤੁਹਾਨੂੰ ਜਿਹੜੀ ਹੁਣ ਉਮੀਦ ਜਾਗੀ ਹੈ ਵੀ ਸਿੱਧੂ ਨੂੰ ਜਿਹੜਾ ਇਨਸਾਫ ਮਿਲ ਸਕਦਾ? ਦੇਖੋ ਉਮੀਦਾਂ ਤਾਂ ਬੇਟਾ ਸ਼ੁਰੂ ਤੋਂ ਹੀ ਨੇ, ਠੀਕ ਹੈ, ਰਾਜੀਵ ਵੀਰ ਨੇ ਉਸ ਗੱਲ ਨੂੰ ਆਪਣੀ ਜ਼ਿੰਮੇਵਾਰੀ ਸਮਝਿਆ, ਜਿੰਨਾ ਕੁ ਉਹਨਾਂ ਦਾ ਮੇਰੇ ਨਾਲ ਮੋਹ ਮੁਹੱਬਤ ਹੈਗੀ ਹੈ ਉਹਦੇ ਮੁਤਾਬਕ ਉਹਨਾਂ ਨੇ ਬਹੁਤ ਬਿਹਤਰ ਤਰੀਕੇ ਨਾਲ ਜਿਹੜੀ ਗੱਲ ਮੇਰੀ ਸੰਸਦ ਦੇ ਵਿੱਚ ਰੱਖੀ, ਪਰੰਤੂ ਇਹ ਸਭ ਕੁਛ ਕਾਫੀ ਨਹੀਂ ਹੈ, ਹਲੇ ਸਾਨੂੰ ਬੜੀ ਹੋਰ ਵੀ ਜਿਹੜੀ ਹੈ ਲਗਾਤਾਰਤਾ ਇਹਨੂੰ ਕੰਟੀਨਿਊ ਕਰਨਾ ਪੈਣਾ, ਕਾਫੀ ਲੰਬੀ ਲੜਾਈ ਹੈ ਹਲੇ, ਸ਼ੁਰੂਆਤ ਅੱਛੀ ਹੋਈ ਹੈ। ਤਾਂ ਮੈਂ ਇਸ ਗੱਲ ਲਈ ਰਾਜੀਵ ਵੀਰ ਦਾ ਧੰਨਵਾਦ ਵੀ ਕਰਦਾ।